ਪੁਸਤਕ ਮੇਲੇ ਦਾ ਇਹ ਕਿਤਾਬ ਮੇਲੇ ਦਾ ਮੁੱਖ ਮਕਸਦ ਇਹ ਹੈ ਕਿ ਲੋਕਾਂ ਨੂੰ ਕਿਤਾਬ ਨਾਲ ਜੋੜਿਆ ਜਾਵੇ, ਸ਼ਬਦ ਨਾਲ ਜੋੜਿਆ ਜਾਵੇ, ਕਿਉਂਕਿ ਕਿਤਾਬ ਤੁਹਾਡੇ ਕੋਲ ਚੱਲ ਕੇ ਆਈ ਹੈ। ਅਕਸਰ ਸਾਡਾ ਬਜਟ ਨਹੀਂ ਹੁੰਦਾ ਕਿ ਅਸੀਂ ਸ਼ੋਪਿੰਗ ਦੇ ਵਿੱਚ ਕਿਤਾਬ ਨੂੰ ਸ਼ਾਮਿਲ ਕਰੀਏ, ਔਰ ਅਸੀਂ ਕਿਤਾਬ ਤੁਹਾਡੇ ਕੋਲ ਲੈ ਕੇ ਆਏ ਹਾਂ। ਜਿਹੜੇ ਲੋਕ ਆਪਣੇ ਆਪ ਨੂੰ ਜਾਣਨਾ ਚਾਹੁੰਦੇ ਨੇ, ਆਪਣੇ ਸੱਭਿਆਚਾਰ ਨੂੰ, ਆਪਣੀ ਹਿਸਟਰੀ ਨੂੰ, ਆਪਣੇ ਆਲੇ ਦੁਆਲੇ ਨੂੰ, ਆਪਣੇ ਰਿਸ਼ਤਿਆਂ ਦੀ ਜਾਂ ਰਿਸ਼ਤਿਆਂ ਦੀ ਵਿਆਕਰਨ ਨੂੰ, ਤੇ ਉਹ ਉਹਨਾਂ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਕਿ ਕਿਤਾਬ ਹੈ। ਔਰ ਕਿਤਾਬ ਉਹ ਦੋਸਤ ਹੈ ਜਿਹੜੀ ਕਿਸੇ ਨੂੰ ਧੋਖਾ ਨਹੀਂ ਦਿੰਦੀ, ਔਰ ਤੰਦਰੁਸਤ ਤੇ ਖੁਸ਼ਹਾਲ ਜ਼ਿੰਦਗੀ ਦਾ ਜਿਹੜਾ ਰਸਤਾ ਉਹ ਕਿਤਾਬ 'ਚੋਂ ਹੋ ਕੇ ਲੰਘਦਾ। ਔਰ ਅਸੀਂ ਹੀ ਕਿਤਾਬ ਨਹੀਂ ਪੜ੍ਹਦੇ, ਕਿਤਾਬਾਂ ਵੀ ਸਾਨੂੰ ਪੜ੍ਹਦੀਆਂ ਨੇ। ਤੇ ਜਦੋਂ ਇੱਥੇ ਪਾਠਕ ਆਉਂਦੇ ਨੇ ਤੇ ਟਾਈਟਲ ਦੇਖਦੇ ਨੇ, ਪਹਿਲਾਂ ਟਾਈਟਲ ਦੇਖਦੇ ਨੇ, ਹੌਲੀ ਹੌਲੀ ਉਹ ਟਾਈਟਲ ਉਹਨਾਂ ਦੇ ਅੰਦਰ ਡਿਜ਼ੋਲਵ ਹੁੰਦੇ ਨੇ, ਫਿਰ ਉਹ ਜਾਣ ਲੱਗਿਆ ਇੰਨੀਆਂ ਕਿਤਾਬਾਂ ਲੈ ਕੇ ਜਾਂਦੇ ਨੇ ਕਿ ਅਸੀਂ ਰੂਹ ਭਰ ਗਈ। ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਸਾਡੀ ਰੂਹ ਭਰ ਗਈ, ਔਰ ਅਸੀਂ ਰੂਹ ਭਰਨ ਵਾਸਤੇ ਇੱਥੇ ਆਏ ਹੋਏ ਹਾਂ ਤਾਂ ਕਿ ਜਦੋਂ ਜਾਈਏ ਸਾਡਾ ਇਕੱਠ ਨਾ ਰਹੇ। ਪੰਜਾਬੀ 'ਚ ਵੀ ਕਹਾਵਤ ਹੈ ਕਿ ਜਦੋਂ ਜਾਈਏ ਅਸੀਂ ਖਾਲੀ ਹੋ ਜਾਈਏ, ਔਰ ਕਿਤਾਬਾਂ ਲੋਕਾਂ ਦੇ ਘਰਾਂ 'ਚ ਜਾਣ, ਕਿਉਂਕਿ ਸਾਡੀ ਇੱਕ ਰਿਕੁਐਸਟ ਹੁੰਦੀ ਹੈ ਕਿ ਅਸੀਂ ਆਪਣੇ ਵੱਡੇ ਘਰਾਂ ਦੇ ਵਿੱਚ ਆਪਣੇ ਆਪ ਲਈ ਥੋੜ੍ਹੀ ਜਗ੍ਹਾ ਰੱਖੀਏ। ਉਹ ਜਗ੍ਹਾ ਕਿ ਛੋਟੀ ਜਿਹੀ ਲਾਇਬ੍ਰੇਰੀ ਬਣਾਈਏ ਜਿੱਥੇ ਅਸੀਂ ਆਪਣੇ ਆਪ ਨਾਲ ਗੱਲ ਕਰ ਸਕੀਏ। ਆਪਣੇ ਆਪ ਨਾਲ ਗੱਲ ਤਦੇ ਹੋ ਸਕਦੀ ਹੈ ਜੇ ਸ਼ਬਦਾਂ ਦਾ ਖਜ਼ਾਨਾ, ਜੇ ਕਿਤਾਬਾਂ ਦਾ ਭੰਡਾਰ ਸਾਡੇ ਕੋਲ ਹੋਏਗਾ। ਇਸੇ ਕਰਕੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਹਰ ਸ਼ਹਿਰ ਦੇ ਵਿੱਚ ਪੁਸਤਕ ਮੇਲਾ ਲਾ ਕੇ। ਔਰ ਮੈਨੂੰ ਉਮੀਦ ਹੈ ਟੋਰਾਂਟੋ ਅਤੇ ਆਲੇ ਦੁਆਲੇ ਦੇ ਜਿੰਨੇ ਵੀ ਦੋਸਤ ਮਿੱਤਰ ਮੇਰੀ ਆਵਾਜ਼ ਨੂੰ ਸੁਣ ਰਹੇ ਨੇ, ਉਹ ਇੱਕ ਵਾਰ ਇੱਥੇ ਜ਼ਰੂਰ ਝਾਤੀ ਮਾਰਨਗੇ। ਹੋ ਸਕਦਾ ਉਹ ਕਿਤਾਬਾਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਣ। ਗੁਲਾਟੀ ਪਬਲਿਸ਼ਰਸ ਨੇ ਇੱਥੇ ਮਿਸਿਸ ਸਾਗਾ ਡਿਕਸੀ ਰੋਡ ਇੱਕ ਬਹੁਤ ਵਧੀਆ ਕਿਤਾਬ ਮੇਲਾ ਲਾ ਦਿੱਤਾ। ਅਸੀਂ ਕੈਨੇਡੀਅਨ ਸਾਊਥੇਸ਼ੀਅਨ ਲਿਟਰੇਰੀ ਫੈਸਟੀਵਲ ਵੱਲੋਂ ਇਹਨਾਂ ਨੂੰ ਵੈਲਕਮ ਕਰਦੇ ਹਾਂ, ਔਰ ਸਾਡੀ ਇਹ ਇੱਛਾ ਹੋਵੇਗੀ ਕਿ ਸਾਡਾ ਜਿਹੜਾ ਫੈਸਟੀਵਲ 25, 26, 27 ਨੂੰ ਹੋਣ ਜਾ ਰਿਹਾ, ਉਹਦੇ ਵਿੱਚ ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਅਸੀਂ ਉੱਤੇ ਲੈ ਕੇ ਆਉਂਦੇ। ਲੇਕਿਨ ਅੱਜ 10 ਜੁਲਾਈ ਤੋਂ 1 ਮਹੀਨੇ ਤੱਕ ਇਹ ਜਿਹੜਾ ਕਿਤਾਬ ਮੇਲਾ ਹੈਗਾ ਡਿਕਸੀ ਰੋਡ ਕੈਪੀਟਲ ਬੈਂਕਟ ਹਾਲ ਦੇ ਨਾਲ ਕੋਟਨੀ ਪਾਰਕ ਔਰ ਡਿਕਸੀ ਦੇ ਇੰਟਰਸੈਕਸ਼ਨ ਦੇ ਉੱਤੇ ਯੂਨਿਟ 30 ਦੇ ਵਿੱਚ ਲੱਗਾ ਹੋਇਆ। ਔਰ ਤੁਸੀਂ ਇਸ ਕਿਤਾਬ ਮੇਲੇ 'ਤੇ ਜਾਓ ਜਿਹਦੇ ਵਿੱਚ ਸੈਂਕੜੋ ਟਾਈਟਲਸ, ਉਹਦੇ ਵਿੱਚ ਉਰਦੂ ਦੇ ਵੀ ਕੁਛ ਟਾਈਟਲਸ ਨੇ, ਹਿੰਦੀ ਦੇ ਬਹੁਤ ਸਾਰੇ ਨੇ, ਪੰਜਾਬੀ ਦੇ ਨੇ, ਅੰਗਰੇਜ਼ੀ ਦੇ ਨੇ। ਔਰ ਮੈਂ ਇਹ ਕਹਾਂਗਾ ਕਿਤਾਬਾਂ ਨਾਲ ਪਿਆਰ ਕਰਨ ਵਾਲਿਆਂ ਨੂੰ ਕਿ ਇੱਥੇ ਰੌਣਕ ਲਾਓ, ਕਿਉਂਕਿ ਸਤੀਸ਼ ਗੁਲਾਟੀ ਜੀ ਨੇ BC ਤੋਂ ਆ ਕੇ ਇੱਥੇ 1 ਮਹੀਨੇ ਦਾ ਕਿਤਾਬ ਮੇਲਾ ਹਰ ਸਾਲ ਦੀ ਤਰ੍ਹਾਂ ਫਿਰ ਸਜਾਇਆ ਹੈ। ਔਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਨਾ ਸਿਰਫ ਉਹਨਾਂ ਨੂੰ ਸਪੋਰਟ ਕਰੀਏ, ਬਲਕਿ ਕਿਤਾਬਾਂ ਨੂੰ ਔਰ ਜਿਹੜਾ ਸਾਡਾ ਨੌਲੇਜ ਦਾ ਕਲਚਰ ਹੈ, ਲਿਟਰੇਚਰ ਦਾ ਜਿਹੜਾ ਕਲਚਰ ਹੈ, ਉਹਨੂੰ ਵੀ ਸਪੋਰਟ ਕਰੀਏ। Subscribe TAG TV YouTube channel and press the notification button.